ਹਾਂਜੀ ਦੋਸਤੋ, ਸਵਾਗਤ ਹੈ ਤੁਹਾਡਾ ਸਵੇਰ ਦੀਆਂ ਮੁੱਖ ਖਬਰਾਂ ਦੇ ਵਿੱਚ। ਆਓ ਲੜੀਵਾਰ ਗੱਲ ਕਰਦੇ ਹਾਂ ਪੰਜਾਬ ਤੇ ਦੁਨੀਆ ਦੀਆਂ ਮੁੱਖ ਵੱਡੀਆਂ ਖਬਰਾਂ ਦੀ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਸਾਡੇ ਨਾਲ ਜੁੜੇ ਰਹਿਣ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਤੇ ਅੱਜ ਦੀ ਪਹਿਲੀ ਵੱਡੀ ਖਬਰ, ਕੇਂਦਰੀ ਖੇਤੀ ਕਾਨੂੰਨਾਂ ਤੇ ਨਵਜੋਤ ਸਿੱਧੂ ਦਾ ਐਕਸ਼ਨ, ਕੈਪਟਨ ਅਮਰਿੰਦਰ ਨੂੰ ਸੌਂਪਿਆ ਚਾਰਟਰ। ਤਾਂ ਦੋਸਤੋ, ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕੇਂਦਰ ਦੇ 3 ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਚਾਰਟਰ ਸੌਂਪਿਆ। ਇਸ ਦੀ ਜਾਣਕਾਰੀ ਦਿੰਦਿਆਂ ਸਿੱਧੂ ਨੇ ਕਿਹਾ ਕਿ ਅਸੀਂ ਸੀਐਮ ਅਮਰਿੰਦਰ ਸਿੰਘ ਨੂੰ ਇੱਕ ਚਾਰਟਰ ਸੌਂਪਿਆ ਅਤੇ ਉਹਨਾਂ ਨਾਲ ਚਰਚਾ ਵੀ ਕੀਤੀ ਹੈ। ਸਿੱਧੂ ਨੇ ਕਿਹਾ ਕਿ ਸਾਨੂੰ ਕੇਂਦਰ ਅਤੇ ਖੇਤੀ ਕਾਨੂੰਨਾਂ ਨੂੰ ਸਿਰੇ ਤੋਂ ਖਾਰਜ ਕਰਨ ਦੀ ਲੋੜ ਹੈ, ਸੋਧਾਂ ਦੀ ਲੋੜ ਨਹੀਂ ਹੈ। ਸੂਬੇ ਨੂੰ ਖੇਤੀ ਅਤੇ ਕਾਨੂੰਨ ਬਣਾਉਣ ਦਾ ਅਧਿਕਾਰ ਹੈ, ਇਹ ਸੂਬੇ ਦਾ ਵਿਸ਼ਾ ਹੈ। ਜੇਕਰ ਯੋਗ ਹੈ ਕਿ ਕਾਂਗਰਸ ਕੇਂਦਰ ਦੇ 3 ਖੇਤੀ ਕਾਨੂੰਨਾਂ ਦਾ ਪੁਰਜ਼ੋਰ ਵਿਰੋਧ ਕਰ ਰਹੀ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸਿੱਧੂ ਨੇ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ। ਉਹ ਇਸ ਮੁੱਦੇ 'ਤੇ ਕਿਸਾਨਾਂ ਦੇ ਸਮਰਥਨ ਦੇ ਵਿੱਚ ਰੈਲੀ ਵੀ ਕੱਢ ਚੁੱਕੇ ਨੇ। ਹਾਲ ਹੀ ਦੇ ਵਿੱਚ ਸੂਬੇ ਦੇ ਸਾਹਮਣੇ 5 ਪ੍ਰਮੁੱਖ ਮੁੱਦਿਆਂ ਨੂੰ ਚੁੱਕਿਆ ਸੀ। ਇਸ ਦੇ ਵਿੱਚ ਉਹਨਾਂ ਨੇ ਪਿਛਲੇ ਸਾਲ ਕੇਂਦਰ ਵੱਲੋਂ ਬਣਾਏ ਗਏ 3 ਖੇਤੀ ਕਾਨੂੰਨਾਂ ਨੂੰ ਖਾਰਜ ਕਰਨ ਦੀ ਵੀ ਅਪੀਲ ਆਖੀ ਸੀ। ਅਗਲੀ ਖਬਰ, ਸਾਬਕਾ ਕਾਂਗਰਸੀ ਵਿਧਾਇਕ ਅਸ਼ਵਨੀ ਸੇਖੜੀ ਨੂੰ ਕੈਪਟਨ ਨੇ ਵੱਡੇ ਅਹੁਦੇ ਨਾਲ ਨਿਵਾਜਿਆ। ਤਾਂ ਦੋਸਤੋ, ਬਟਾਲਾ ਤੋਂ ਸਾਬਕਾ ਕਾਂਗਰਸੀ ਵਿਧਾਇਕ ਅਸ਼ਵਨੀ ਸੇਖੜੀ ਨੂੰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ। ਇਸ ਮੌਕੇ ਅਸ਼ਵਨੀ ਸੇਖੜੀ ਦੇ ਘਰ ਉਹਨਾਂ ਦੇ ਸਮਰਥਕਾਂ ਵੱਲੋਂ ਵਧਾਈਆਂ ਵੀ ਦਿੱਤੀਆਂ ਗਈਆਂ। ਤੁਹਾਨੂੰ ਦੱਸ ਦਈਏ ਕਿ ਚੇਅਰਮੈਨ ਲਗਾਏ ਜਾਣ 'ਤੇ ਅਸ਼ਵਨੀ ਸੇਖੜੀ ਨੇ ਕਿਹਾ ਕਿ ਉਹ ਬਟਾਲਾ ਅਤੇ ਪੰਜਾਬ ਵਾਸਤੇ ਥੋੜ੍ਹੇ ਸਮੇਂ ਦੇ ਵਿੱਚ ਬਹੁਤ ਕੁਝ ਕਰਨਗੇ। ਅਗਲੀ ਖਬਰ ਹੈ, ਹਿਮਾਚਲ ਦੇ ਵਿੱਚ ਫਿਰ ਵਧੀਆਂ ਕੋਰੋਨਾ ਪਾਬੰਦੀਆਂ, ਐਂਟਰੀ ਦੇ ਲਈ ਨੈਗੇਟਿਵ ਰਿਪੋਰਟ ਜ਼ਰੂਰੀ। ਤਾਂ ਦੋਸਤੋ, ਕੋਰੋਨਾ ਦੇ ਵੱਧਦੇ ਮਾਮਲਿਆਂ ਦੇ ਵਿਚਕਾਰ ਹਿਮਾਚਲ ਸਰਕਾਰ ਨੇ ਇੱਕ ਵਾਰ ਫਿਰ ਪਾਬੰਦੀਆਂ ਵਧਾ ਦਿੱਤੀਆਂ ਨੇ। ਹੁਣ ਦੂਸਰੇ ਸੂਬੇ ਦੇ ਲੋਕਾਂ ਨੂੰ ਦਾਖਲ ਹੋਣ ਦੇ ਲਈ ਕੋਰੋਨਾ ਦੀ ਨੈਗੇਟਿਵ ਰਿਪੋਰਟ ਦਿਖਾਉਣੀ ਹੋਵੇਗੀ। ਟੂਰਿਸਟਾਂ ਨੂੰ ਸੂਬੇ ਵਿੱਚ ਦਾਖਲ ਹੋਣ ਦੇ ਲਈ 72 ਘੰਟੇ ਪਹਿਲਾਂ ਦੀ ਰਿਪੋਰਟ ਆਪਦੇ ਨਾਲ ਲਿਆਉਣੀ ਹੋਵੇਗੀ। ਅਗਲੀ ਖਬਰ, ਭਾਰਤੀ ਮਹਿਲਾ ਹਾਕੀ ਟੀਮ ਸੈਮੀਫਾਈਨਲ ਮੈਚ ਦੇ ਵਿੱਚ ਹਾਰੀ। ਤਾਂ ਦੋਸਤੋ, ਤੁਹਾਨੂੰ ਦੱਸ ਦਈਏ ਕਿ ਭਾਰਤੀ ਮਹਿਲਾ ਹਾਕੀ ਟੀਮ ਅਰਜਨਟੀਨਾ ਦੇ ਖਿਲਾਫ ਸੈਮੀਫਾਈਨਲ ਮੈਚ ਦੇ ਵਿੱਚ ਹਾਰ ਗਈ ਹੈ। ਹੁਣ ਕਾਂਸੀ ਦੇ ਤਗਮੇ ਦੇ ਮੁਕਾਬਲੇ ਵਿੱਚ ਗ੍ਰੇਟ ਬ੍ਰਿਟੇਨ ਦੇ ਨਾਲ ਭਿੜੇਗੀ। ਅਗਲੀ ਖਬਰ, ਭਾਰਤ ਨੂੰ ਇੱਕ ਹੋਰ ਤਗਮੇ ਦੀ ਆਸ, ਕੁਸ਼ਤੀ ਦੇ ਵਿੱਚ ਰਵੀ ਦਇਆ ਫਾਈਨਲ ਦੇ ਵਿੱਚ ਪੁੱਜੇ। ਤਾਂ ਦੋਸਤੋ, ਕੁਸ਼ਤੀ ਦੇ ਵਿੱਚ ਰਵੀ ਦਇਆ ਨੇ ਸੈਮੀਫਾਈਨਲ ਮੈਚ ਜਿੱਤ ਲਿਆ। ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਰਵੀ ਦਇਆ ਫਾਈਨਲ ਵਿੱਚ ਪਹੁੰਚ ਚੁੱਕੇ ਨੇ। ਰਵੀ ਦਇਆ ਨੇ ਸੈਮੀਫਾਈਨਲ ਦੇ ਵਿੱਚ ਕਜ਼ਾਕਿਸਤਾਨ ਦੇ ਖਿਡਾਰੀ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਹੈ। ਤੁਹਾਨੂੰ ਦੱਸੀਏ ਕਿ ਹਰਿਆਣਾ ਦੇ ਸੋਨੀਪਤ ਦੇ ਰਹਿਣ ਵਾਲੇ ਨੇ ਰਵੀ ਦਇਆ। ਅਗਲੀ ਖਬਰ, ਕਿਸਾਨ ਮੋਰਚੇ ਵੱਲੋਂ ਮੁਅੱਤਲ ਚੱਲ ਰਹੇ ਗੁਰਨਾਮ ਚੜੂਨੀ ਨੇ ਮੁੜ ਅਲਾਪਿਆ ਮਿਸ਼ਨ ਪੰਜਾਬ ਦਾ ਰਾਗ, ਕਿਹਾ 117 ਸੀਟਾਂ 'ਤੇ ਲੜਾਂਗੇ ਚੋਣ। ਤਾਂ ਦੋਸਤੋ, ਨੌਜਵਾਨ ਕਿਸਾਨ ਮੋਰਚਾ ਦੇ ਆਗੂ ਗੁਰਨਾਮ ਸਿੰਘ ਚੜੂਨੀ ਨੇ ਸੰਯੁਕਤ ਕਿਸਾਨ ਮੋਰਚੇ ਤੋਂ ਮੁਅੱਤਲ ਹੋਣ ਤੋਂ ਬਾਅਦ ਵੀ ਮਿਸ਼ਨ ਪੰਜਾਬ 2022 ਦਾ ਰਾਗ ਅਲਾਪਣਾ ਬੰਦ ਨਹੀਂ ਕੀਤਾ। ਇਸ ਦੇ ਨਾਲ ਹੀ ਬੀਤੇ ਦਿਨੀ ਉਹਨਾਂ ਨੇ ਪੰਜਾਬ ਵਿੱਚ ਚੋਣ ਪ੍ਰਚਾਰ ਦਾ ਬਿਗਲ ਵਜਾ ਦਿੱਤਾ। ਗੜ੍ਹ ਸ਼ੰਕਰ ਦੇ ਵਿੱਚ ਕਿਸਾਨ ਆਗੂਆਂ ਨਾਲ ਮੀਟਿੰਗ ਦੌਰਾਨ ਉਹਨਾਂ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ 117 ਸੀਟਾਂ 'ਤੇ ਚੋਣ ਲੜਨ ਦਾ ਐਲਾਨ ਕੀਤਾ। ਉਹਨਾਂ ਨੇ ਇਸ ਦਾ ਨਾਮ ਮਿਸ਼ਨ ਪੰਜਾਬ ਰੱਖਿਆ। ਅਗਲੀ ਖਬਰ, ਪੰਜਾਬ ਦੇ ਵਿੱਚ ਇੱਕ ਵਾਰ ਫਿਰ ਕੋਰੋਨਾ ਲੱਗਿਆ ਪੈਰ ਪਸਾਰਨ, ਨਵੇਂ ਮਾਮਲਿਆਂ ਦੇ ਵਿੱਚ ਕੀਤੇ ਵਾਧਾ ਦਰਜ। ਤਾਂ ਦੋਸਤੋ, ਤੁਹਾਨੂੰ ਦੱਸੀਏ ਕਿ ਪੰਜਾਬ ਦੇ ਵਿੱਚ ਕੋਰੋਨਾ ਸੰਕਰਮਣ ਫਿਰ ਤੋਂ ਵਧਣਾ ਸ਼ੁਰੂ ਹੋ ਗਿਆ। 2 ਦਿਨਾਂ ਵਿੱਚ ਲਾਗ ਦੀ ਦਰ ਵਿੱਚ ਵਾਧੇ ਦੇ ਨਾਲ ਨਵੇਂ ਮਾਮਲਿਆਂ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ। ਦੱਸ ਦਈਏ ਕਿ ਪਿਛਲੇ 24 ਘੰਟਿਆਂ ਵਿੱਚ ਲਾਗ ਦੇ 62 ਨਵੇਂ ਮਾਮਲੇ ਸਾਹਮਣੇ ਆਏ ਨੇ। ਇਸ ਦੇ ਨਾਲ ਹੀ ਸੰਕਰਮਣ ਦੀ ਦਰ 0.10% ਤੋਂ ਵੱਧ ਕੇ 0.17% ਹੋ ਗਈ ਹੈ। ਅਗਲੀ ਖਬਰ, ਸੇਮੇ ਤਨਖਾਹ ਕਮਿਸ਼ਨ ਦੀ ਰਿਪੋਰਟ, ਸਰਕਾਰੀ ਸਬ ਕਮੇਟੀ ਨੇ ਯੂਨੀਅਨ ਆਗੂਆਂ ਨੂੰ 15% ਤਨਖਾਹ 'ਚ ਵਾਧੇ ਦਾ ਦਿੱਤਾ ਭਰੋਸਾ। ਤਾਂ ਦੋਸਤੋ, ਸੇਮੇ ਤਨਖਾਹ ਕਮਿਸ਼ਨ ਨੂੰ ਲਾਗੂ ਕਰਨ ਸੰਬੰਧੀ ਕਰਮਚਾਰੀਆਂ ਦੇ ਮਸਲਿਆਂ ਨੂੰ ਹੱਲ ਕਰਨ ਦੇ ਲਈ ਗਠਿਤ ਕੀਤੀ ਗਈ ਪੰਜਾਬ ਸਰਕਾਰ ਦੀ ਸਬ ਕਮੇਟੀ ਨੇ ਵੱਖ ਵੱਖ ਯੂਨੀਅਨ ਨੇਤਾਵਾਂ ਨੂੰ ਸੂਚਿਤ ਕੀਤਾ ਕਿ ਪ੍ਰਸਤਾਵਾਂ ਦੇ ਲਾਗੂ ਹੋਣ ਤੋਂ ਬਾਅਦ ਸੂਬੇ ਦੇ ਹਰ ਕਰਮਚਾਰੀ ਨੂੰ
ਘੱਟੋ ਘੱਟ ਤਨਖਾਹ ਵਿੱਚ 15% ਦਾ ਵਾਧਾ ਮਿਲੇਗਾ। ਤੁਹਾਨੂੰ ਦੱਸ ਦਈਏ ਕਿ ਮੀਟਿੰਗ ਦੌਰਾਨ ਸਥਾਨਕ ਸੰਸਥਾ ਮੰਤਰੀ ਬ੍ਰਹਮ ਮਹਿੰਦਰਾ ਦੀ ਅਗਵਾਈ ਵਾਲੀ ਸਬ ਕਮੇਟੀ ਨੇ ਯੂਨੀਅਨ ਨੇਤਾਵਾਂ ਨੂੰ ਇਹ ਵੀ ਦੱਸਿਆ ਕਿ ਕਰਮਚਾਰੀਆਂ ਨੂੰ ਔਸਤਨ 79,250 ਰੁਪਏ ਪ੍ਰਤੀ ਸਾਲ ਅਤੇ ਉਹਨਾਂ ਤੋਂ ਵੱਧ ਤਨਖਾਹ ਮਿਲੇਗੀ। ਅਗਲੀ ਖਬਰ ਹੈ, ਕੈਨੇਡਾ ਦੇ ਵਿੱਚ ਐਂਟਰੀ ਦੇ ਮੌਕੇ ਕਰੋਨਾ ਨਿਯਮ ਤੋੜਨ 'ਤੇ $19,720 ਦਾ ਲੱਗੇਗਾ ਜੁਰਮਾਨਾ। ਤਾਂ ਦੋਸਤੋ ਤੁਹਾਨੂੰ ਦੱਸੀਏ ਕਿ ਕੈਨੇਡਾ ਦੇ ਵਿੱਚ ਐਂਟਰੀ ਦੇ ਮੌਕੇ ਨਿਯਮ ਜੋ ਤੋੜੇਗਾ ਉਸਨੂੰ ਜੁਰਮਾਨਾ ਦੇਣਾ ਪਵੇਗਾ। ਟੋਰਾਂਟੋ ਏਅਰਪੋਰਟ 'ਤੇ ਚੈਕਿੰਗ ਦੇ ਦੌਰਾਨ ਇਹ ਖੁਲਾਸਾ ਕੀਤਾ ਗਿਆ। ਨਿਯਮ ਤੋੜਨ 'ਤੇ ਸਰਕਾਰ ਦੇ ਵੱਲੋਂ $19,720 ਦਾ ਜੁਰਮਾਨਾ ਲਗਾਇਆ ਗਿਆ। ਅਗਲੀ ਖਬਰ ਹੈ, ਪੀਐਮ ਮੋਦੀ 9 ਕਰੋੜ ਕਿਸਾਨਾਂ ਦੇ ਖਾਤਿਆਂ ਵਿੱਚ ਪਾਉਣਗੇ 19,000 ਕਰੋੜ। ਜਾਣੋ ਕੀ ਹੈ ਯੋਜਨਾ ਅਤੇ ਕਿਸ ਨੂੰ ਮਿਲੇਗਾ ਲਾਭ? ਤਾਂ ਦੋਸਤੋ, ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਲਾਭਪਾਤਰੀਆਂ ਦੇ ਲਈ ਖੁਸ਼ਖਬਰੀ ਹੈ। ਤੁਹਾਨੂੰ ਦੱਸੀਏ ਕਿ 9 ਅਗਸਤ ਨੂੰ ਪੀਐਮ ਮੋਦੀ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਤਹਿਤ ਦੇਸ਼ ਭਰ ਦੇ 9 ਕਰੋੜ ਕਿਸਾਨਾਂ ਨੂੰ 19,000 ਰੁਪਏ ਭੇਜਣਗੇ। ਤੁਹਾਨੂੰ ਦੱਸ ਦਈਏ ਕਿ ਹਰ ਕਿਸਾਨ ਦੇ ਬੈਂਕ ਖਾਤੇ ਵਿੱਚ 2,000 ਰੁਪਏ ਆਉਣਗੇ। ਪੀਐਮ ਕਿਸਾਨ ਯੋਜਨਾ ਦੇ ਤਹਿਤ ਸਰਕਾਰ ਹਰ ਸਾਲ 6,000 ਰੁਪਏ ਦੀਆਂ 3 ਕਿਸ਼ਤਾਂ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਟ੍ਰਾਂਸਫਰ ਕਰਦੀ ਹੈ। ਹੁਣ ਤੱਕ 8 ਕਿਸ਼ਤਾਂ ਕਿਸਾਨਾਂ ਨੂੰ ਭੇਜੀਆਂ ਜਾ ਚੁੱਕੀਆਂ ਨੇ ਅਤੇ ਹੁਣ 9ਵੀਂ ਕਿਸ਼ਤ ਜਾਰੀ ਕੀਤੀ ਜਾਵੇਗੀ। ਇਸ ਤੋਂ ਪਹਿਲਾਂ 8ਵੀਂ ਕਿਸ਼ਤ ਦਾ ਭੁਗਤਾਨ 14 ਮਈ ਨੂੰ ਕੀਤਾ ਗਿਆ ਸੀ। ਪਿਛਲੇ ਸਾਲ ਪੀਐਮ ਕਿਸਾਨ ਯੋਜਨਾ ਦੀ ਆਖਰੀ ਕਿਸ਼ਤ ਕ੍ਰਿਸਮਿਸ ਭਾਵ ਕੇ 25 ਦਸੰਬਰ 2020 ਨੂੰ ਅਦਾ ਕੀਤੀ ਗਈ ਸੀ। ਅਗਲੀ ਖਬਰ, ਪੂਰੇ ਦੇਸ਼ ਦੇ ਵਿੱਚ ਤਿਰੰਗਾ ਰੈਲੀ ਕੱਢਣਗੇ ਕਿਸਾਨ। 15 ਅਗਸਤ ਨੂੰ ਮਨਾਉਣਗੇ ਕਿਸਾਨ ਮਜ਼ਦੂਰ ਆਜ਼ਾਦੀ ਸੰਘਰਸ਼ ਦਿਵਸ। ਤਾਂ ਦੋਸਤੋ, ਕੇਂਦਰ ਸਰਕਾਰ ਦੇ 3 ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨ 15 ਅਗਸਤ ਨੂੰ ਕਿਸਾਨ ਮਜ਼ਦੂਰ ਆਜ਼ਾਦੀ ਸੰਘਰਸ਼ ਦਿਵਸ ਮਨਾਉਣ ਦੀ ਤਿਆਰੀ ਵਿੱਚ ਨੇ। ਇਸ ਦਿਨ ਕਿਸਾਨਾਂ ਦੀ ਪੂਰੇ ਦੇਸ਼ ਵਿੱਚ ਤਿਰੰਗਾ ਮਾਰਚ ਕੱਢਣ ਦੀ ਵੀ ਯੋਜਨਾ ਹੈ। ਸੰਯੁਕਤ ਕਿਸਾਨ ਮੋਰਚੇ ਨੇ ਇਸ ਗੱਲ ਦਾ ਵੀ ਐਲਾਨ ਕੀਤਾ ਕਿ 40 ਕਿਸਾਨ ਸੰਗਠਨਾਂ ਦੇ ਇਸ ਮੋਰਚੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ 15 ਅਗਸਤ ਨੂੰ ਬਲਾਕ, ਤਹਿਸੀਲ ਅਤੇ ਜ਼ਿਲ੍ਹਾ ਮੁੱਖ ਦਫ਼ਤਰਾਂ 'ਤੇ ਸਾਰੇ ਕਿਸਾਨ ਅਤੇ ਮਜ਼ਦੂਰ ਤਿਰੰਗਾ ਯਾਤਰਾ ਕੱਢਣਗੇ। ਇਸ ਦੇ ਦੌਰਾਨ ਰਾਸ਼ਟਰੀ ਝੰਡਾ ਲੈ ਕੇ ਸਾਰੇ ਸਾਈਕਲ, ਬਾਈਕ, ਬੈਲ ਗੱਡੀ ਅਤੇ ਟਰੈਕਟਰ 'ਤੇ ਸਵਾਰ ਹੋ ਕੇ ਨਿਕਲਣਗੇ। ਜ਼ਿਕਰ ਯੋਗ ਹੈ ਕਿ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਕਿਸਾਨ ਜੰਤਰ ਮੰਤਰ 'ਤੇ ਵੀ ਆਪਣੀ ਸੰਸਦ ਚਲਾ ਰਹੇ ਨੇ। ਅਗਲੀ ਖਬਰ ਹੈ, ਪੰਜਾਬ ਦੇ ਸਕੂਲਾਂ ਦੇ ਲਈ ਸੂਬਾ ਸਰਕਾਰ ਨੇ ਲਿਆ ਇੱਕ ਹੋਰ ਵੱਡਾ ਫੈਸਲਾ। ਤਾਂ ਦੋਸਤੋ, ਸਕੂਲ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਅਗਵਾਈ ਵਿੱਚ ਸਰਕਾਰੀ ਸਕੂਲਾਂ ਨੂੰ ਨਵੀਂ ਦਿੱਖ ਦੇਣ ਦੇ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਹੁਣ ਸਮਾਰਟ ਸਕੂਲਾਂ ਵਿੱਚ ਆਉਣ ਵਾਲੇ ਵਿਅਕਤੀਆਂ ਲਈ ਸਹੂਲਤ ਦੇ ਲਈ ਰਿਸੈਪਸ਼ਨ ਬਣਾਉਣ ਦਾ ਫੈਸਲਾ ਕੀਤਾ ਗਿਆ। ਇਸ ਸੰਬੰਧ ਵਿੱਚ ਪਹਿਲੇ ਗੇੜ ਦੌਰਾਨ 735 ਸਮਾਰਟ ਸਕੂਲਾਂ ਵਿੱਚ ਰਿਸੈਪਸ਼ਨ ਤਿਆਰ ਕਰਨ ਦੇ ਲਈ 88 ਲੱਖ ਰੁਪਏ ਤੋਂ ਵੱਧ ਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ। ਅਗਲੀ ਖਬਰ ਹੈ, ਭਾਰਤ ਵਿੱਚ 42,625 ਨਵੇਂ ਕਰੋਨਾ ਦੇ ਆਏ ਕੇਸ ਅਤੇ 562 ਮੌਤਾਂ ਦਰਜ। ਤਾਂ ਦੋਸਤੋ, ਦੇਸ਼ ਦੇ ਵਿੱਚ ਪਿਛਲੇ 24 ਘੰਟਿਆਂ ਦੇ ਦੌਰਾਨ ਕਰੋਨਾ ਵਾਇਰਸ ਦੇ 42,625 ਮਾਮਲੇ ਸਾਹਮਣੇ ਆਏ ਨੇ, ਜਿਸ ਨਾਲ ਲਾਗ ਤੋਂ ਪੀੜਤਾਂ ਦੀ ਕੁੱਲ ਗਿਣਤੀ 3,17,69,132 ਹੋ ਗਈ ਹੈ ਅਤੇ ਸਰਗਰਮ ਕੇਸਾਂ ਦੀ ਗਿਣਤੀ 4,10,353 ਹੋ ਗਈ ਹੈ ਅਤੇ ਪਿਛਲੇ 24 ਘੰਟਿਆਂ ਦੌਰਾਨ ਕਰੋਨਾ ਤੋਂ ਮਰਨ ਵਾਲਿਆਂ ਦਾ ਅੰਕੜਾ 562 ਦਰਜ ਕੀਤਾ ਗਿਆ, ਜਿਸ ਤੋਂ ਬਾਅਦ ਹੁਣ ਤੱਕ ਕਰੋਨਾ ਕਰਕੇ ਮਰਨ ਵਾਲਿਆਂ ਦੀ ਗਿਣਤੀ 4,25,757 ਹੋ ਗਈ ਹੈ। ਅਗਲੀ ਖਬਰ ਹੈ, ਸਾਲ 2023 ਤੱਕ ਸ਼ਰਧਾਲੂਆਂ ਲਈ ਖੁੱਲ੍ਹ ਜਾਵੇਗਾ ਰਾਮ ਮੰਦਰ। ਤਾਂ ਦੋਸਤੋ, ਅਯੋਧਿਆ ਵਿੱਚ ਰਾਮ ਮੰਦਰ ਦੀ ਉਸਾਰੀ ਦਾ ਕੰਮ ਯੋਜਨਾ ਅਨੁਸਾਰ ਚੱਲ ਰਿਹਾ ਹੈ। ਇਸ ਨੂੰ 2023 ਦਸੰਬਰ ਤੱਕ ਸ਼ਰਧਾਲੂਆਂ ਲਈ ਖੋਲ੍ਹ ਦਿੱਤਾ ਜਾਵੇਗਾ। ਰਾਮ ਮੰਦਰ ਟਰੱਸਟ ਦੇ ਸੂਤਰਾਂ ਨੇ ਦੱਸਿਆ ਕਿ ਮੰਦਰ ਕੰਪਲੈਕਸ ਦੀ ਉਸਾਰੀ 2025 ਤੱਕ ਮੁਕੰਮਲ ਹੋ ਜਾਵੇਗੀ। ਉਹਨਾਂ ਨੇ ਕਿਹਾ ਕਿ ਮੁੱਖ ਮੰਦਰ ਦੀਆਂ 3 ਮੰਜ਼ਲਾਂ ਅਤੇ 5 ਮੰਡਪ ਹੋਣਗੇ। ਮੰਦਰ ਦੀ ਲੰਬਾਈ 360 ਫੁੱਟ, ਚੌੜਾਈ 235 ਫੁੱਟ ਹੋਵੇਗੀ। ਹਰੇਕ ਮੰਜ਼ਲ ਦੀ ਉਚਾਈ 20 ਫੁੱਟ ਹੋਵੇਗੀ। ਅਗਲੀ ਖਬਰ, ਕੁੰਦਰਾ ਮਾਮਲਾ, ਐਪ ਬਣਾਉਣ ਵਾਲੀ ਕੰਪਨੀ ਦੇ ਡਾਇਰੈਕਟਰ ਤੋਂ ਪੁੱਛ ਗਿੱਛ। ਤਾਂ ਦੋਸਤੋ, ਕਾਰੋਬਾਰੀ ਰਾਜ ਕੁੰਦਰਾ ਨੇ ਜਿਸ ਐਪ ਰਾਹੀਂ ਕਥਿਤ ਤੌਰ 'ਤੇ ਅਸਲੀਲ ਸਮੱਗਰੀ ਵੰਡੀ ਸੀ, ਉਸ ਨੂੰ ਬਣਾਉਣ ਵਾਲੀ ਕੰਪਨੀ ਦੇ ਡਾਇਰੈਕਟਰ ਤੋਂ ਪੁਲਿਸ ਨੇ
ਪੁੱਛਗਿੱਛ ਕੀਤੀ ਹੈ ਤੇ ਉਸਦੇ ਬਿਆਨ ਵਿੱਚ ਕਲਮਬੰਦ ਕੀਤੇ ਗਏ ਨੇ। ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ। ਪੁਲਿਸ ਦੇ ਅਨੁਸਾਰ ਕੁੰਦਰਾ ਵੱਲੋਂ ਬਣਾਈ ਕੰਪਨੀ ਆਰਮਸ ਪ੍ਰਾਈਮ ਮੀਡੀਆ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਸੌਰਵ ਕੁਸ਼ਵਾਹਾ ਤੋਂ ਮੁੰਬਈ ਅਪਰਾਧ ਸ਼ਾਖਾ ਦੇ ਦਫ਼ਤਰ ਵਿੱਚ ਪੇਸ਼ ਹੋਏ। ਕੁਸ਼ਵਾਹਾ ਦੇ ਦੇਰ ਪੁੱਛਗਿੱਛ ਕੀਤੀ ਗਈ। ਪੁਲਿਸ ਅਨੁਸਾਰ ਕੁੰਦਰਾ ਨੇ ਫਰਵਰੀ 2019 ਦੇ ਵਿੱਚ ਮੀਡੀਆ ਨਾਂ ਦੀ ਕੰਪਨੀ ਬਣਾਈ ਸੀ। ਉਸਨੇ ਪੁਲਿਸ ਨੂੰ ਦੱਸਿਆ ਕਿ ਜਿਸ ਦੇ ਮਗਰੋਂ ਉਸਨੇ ਇਸ ਐਪ ਨੂੰ ਆਪਣੇ ਰਿਸ਼ਤੇਦਾਰ ਪ੍ਰਦੀਪ ਬਖਸ਼ੀ ਦੀ ਲੰਡਨ ਸਥਿਤ ਕੰਪਨੀ ਕੈਨਰਨ ਲਿਮਟਿਡ ਨੂੰ ਵੇਚ ਦਿੱਤਾ ਸੀ। ਅਗਲੀ ਖਬਰ ਹੈ, ਐਤਕੀ ਪੰਜਾਬ ਨੂੰ ਝੱਲਣਾ ਪਵੇਗਾ ਖਾਦ ਦਾ ਸੰਕਟ। ਤਾਂ ਦੋਸਤੋ ਤੁਹਾਨੂੰ ਦੱਸੀਏ ਕਿ ਕਿਸਾਨੀ ਘੋਲ ਵਿੱਚ ਕੁੱਦੇ ਪੰਜਾਬ ਨੂੰ ਐਤਕੀ ਹਾੜੀ ਦੇ ਸੀਜ਼ਨ ਵਿੱਚ DAP ਖਾਦ ਦੀ ਕਿੱਲਤ ਝੱਲਣੀ ਪੈ ਸਕਦੀ ਹੈ। ਕਿਸੇ ਵੀ ਖਾਦ ਕੰਪਨੀ ਨੇ ਪੰਜਾਬ ਨੂੰ DAP ਖਾਦ ਦੇਣ 'ਚ ਦਿਲਚਸਪੀ ਨਹੀਂ ਦਿਖਾਈ। ਮਾਰਕ ਫੈੱਡ ਨੇ 2 ਦਫ਼ਾ ਟੈਂਡਰ ਕੱਢੇ ਪਰ ਇਕੱਲੀ IFFCO ਨੇ ਮਾਮੂਲੀ ਹੰਗਾਰਾ ਭਰਿਆ। ਨਤੀਜੇ ਵਜੋਂ ਮਾਰਕ ਫੈੱਡ ਨੇ ਹੁਣ ਟੈਂਡਰ ਦੀ ਤਰੀਕ ਵਿੱਚ 3ਰੀ ਦਫ਼ਾ 9 ਅਗਸਤ ਤੱਕ ਦਾ ਵਾਧਾ ਕੀਤਾ। ਪੰਜਾਬ ਸਰਕਾਰ ਨੂੰ ਹੱਥਾਂ ਪੈਰਾਂ ਦੀ ਪਈ ਹੈ ਕਿਉਂਕਿ ਅਗਲੀਆਂ ਚੋਣਾਂ ਸਿਰ 'ਤੇ ਨੇ। ਵੇਰਵਿਆਂ ਦੇ ਅਨੁਸਾਰ ਪੰਜਾਬ ਨੂੰ ਅਗਲੀ ਹਾੜੀ ਦੇ ਸੀਜ਼ਨ ਵਿੱਚ ਕਰੀਬ 13 ਲੱਖ ਮੀਟਰਕ ਟਨ ਯੂਰੀਆ ਅਤੇ ਕਰੀਬ 4 ਲੱਖ ਮੀਟਰਕ ਟਨ DAP ਖਾਦ ਦੀ ਲੋੜ ਹੈ। ਕਣਕ ਦੀ ਬਿਜਾਈ ਤੋਂ ਪਹਿਲਾਂ ਹਮੇਸ਼ਾ ਖਾਦ ਦਾ ਅਗਸਤ ਸਤੰਬਰ ਮਹੀਨੇ ਵਿੱਚ ਭੰਡਾਰਨ ਹੁੰਦਾ। ਐਤਕੀ IFFCO ਨੇ ਮਾਰਕ ਫੈੱਡ ਨੂੰ ਸਿਰਫ 30,000 ਮੀਟਰਕ ਟਨ DAP ਅਤੇ 1 ਲੱਖ MT ਯੂਰੀਆ ਦੇਣ ਦੀ ਹਾਮੀ ਭਰੀ ਹੈ। ਅਗਲੀ ਖਬਰ ਹੈ, ਸੁਮੇਧ ਸੈਣੀ ਨੂੰ ਗ੍ਰਿਫਤਾਰ ਕਰਨ ਲਈ ਹਫ਼ਤੇ ਦਾ ਨੋਟਿਸ ਦੇਣਾ ਪਵੇਗਾ ਹਾਈ ਕੋਰਟ। ਤਾਂ ਦੋਸਤੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਿਹਾ ਕਿ ਸਾਬਕਾ DGP ਸੁਮੇਧ ਸੈਣੀ ਨੂੰ ਗ੍ਰਿਫਤਾਰ ਕਰਨ ਦੀ ਸਥਿਤੀ ਵਿੱਚ ਪਹਿਲੇ ਹਫ਼ਤੇ ਦਾ ਨੋਟਿਸ ਦੇਣਾ ਜ਼ਰੂਰੀ ਹੋਵੇਗਾ। ਇਹ ਹੁਕਮ ਹਾਈ ਕੋਰਟ ਨੇ ਕੋਟਕਪੂਰਾ ਪੁਲਿਸ ਫਾਇਰਿੰਗ ਕੇਸ ਦੇ ਮਾਮਲੇ ਵਿੱਚ ਦਿੱਤੇ ਨੇ। ਜਸਟਿਸ ਅਵਨੀਸ ਝਿੰਗਣ ਨੇ ਇਸ ਹੁਕਮ ਨਾਲ ਸੈਣੀ ਹੁਣ ਆਪਣੇ ਬਚਾਅ ਲਈ ਉਪਲਬਧ ਬਦਲਾਂ ਦਾ ਆਸਰਾ ਲੈ ਸਕਣਗੇ। ਅਗਲੀ ਖਬਰ, ਬਿਜਲੀ ਦਾ ਨਿੱਜੀਕਰਨ। ਐਮੀਨੈੱਟ ਪਾਵਰ ਨੇ ਦਿੱਤੀ ਸਭ ਤੋਂ ਉੱਚੀ 871 ਕਰੋੜ ਦੀ ਬੋਲੀ। ਤਾਂ ਦੋਸਤੋ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਬਿਜਲੀ ਸਪਲਾਈ ਦਾ ਸਾਰਾ ਪ੍ਰਬੰਧ ਨਿੱਜੀ ਕੰਪਨੀ ਦੇ ਹਵਾਲੇ ਕਰਨ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਟੈਂਡਰ ਲਈ ਸ਼ਾਰਟ ਲਿਸਟ ਕੀਤੀਆਂ ਗਈਆਂ 7 ਕੰਪਨੀਆਂ ਦੇ ਬਿੱਡ ਖੋਲ੍ਹੇ, ਜਿਨ੍ਹਾਂ ਵਿੱਚੋਂ ਕਲਕੱਤਾ ਦੀ ਐਮੀਨੈੱਟ ਪਾਵਰ ਕੰਪਨੀ ਨੇ ਬੋਲੀ ਸਭ ਤੋਂ ਵੱਧ ਰਹੀ। ਇਸ ਕੰਪਨੀ ਨੇ 871 ਕਰੋੜ ਰੁਪਏ ਦੀ ਬੋਲੀ ਲਗਾਈ ਹੈ। ਅਗਲੀ ਖਬਰ, ਰਤੀਆ ਦੇ ਵਿੱਚ 661 ਏਕੜ ਜ਼ਮੀਨ ਮੀਂਹ ਦੇ ਪਾਣੀ ਦੀ ਮਾਰ ਦੇ ਹੇਠ 12 ਮਕਾਨ ਡਿੱਗੇ। ਤਾਂ ਦੋਸਤੋ ਮੌਨਸੂਨ ਦੇ ਚੱਲਦਿਆਂ ਭਾਰੀ ਮੀਂਹ ਪੈਣ ਮਗਰੋਂ ਰਤੀਆ ਖੇਤਰ ਦੇ ਵੱਖ ਵੱਖ ਪਿੰਡਾਂ ਦੇ ਅੰਦਰ ਕਰੀਬ 661 ਏਕੜ ਜ਼ਮੀਨ ਜਲ ਥਲ ਹੋ ਗਈ ਹੈ। ਇਸ ਦੇ ਨਾਲ ਹੀ ਇਲਾਕੇ ਵਿੱਚ ਮੀਂਹ ਕਾਰਨ ਚੱਲੀ ਸਲਾਇਬ ਦੇ ਮਗਰੋਂ 12 ਮਕਾਨ ਡਿੱਗਣ ਦੀ ਵੀ ਖਬਰ ਸਾਹਮਣੇ ਆਈ ਹੈ, ਜਿਸ ਕਾਰਨ ਕਾਫ਼ੀ ਨੁਕਸਾਨ ਹੋਇਆ। ਅਗਲੀ ਖਬਰ ਹੈ, ਚੰਡੀਗੜ੍ਹ ਦੇ ਵਿੱਚ 9 ਅਗਸਤ ਤੋਂ ਖੁੱਲ੍ਹਣਗੇ 7ਵੀਂ-8ਵੀਂ ਜਮਾਤ ਦੇ ਸਕੂਲ। ਤਾਂ ਦੋਸਤੋ ਚੰਡੀਗੜ੍ਹ ਪ੍ਰਸ਼ਾਸਨ ਨੇ 7ਵੀਂ ਅਤੇ 8ਵੀਂ ਜਮਾਤ ਦੇ ਸਕੂਲ 9 ਅਗਸਤ ਤੋਂ ਖੁੱਲ੍ਹਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹਾਲਾਂਕਿ ਵਿਦਿਆਰਥੀ ਸਕੂਲ ਜਾਣਗੇ ਜਾਂ ਨਹੀਂ ਇਸ ਦਾ ਫੈਸਲਾ ਉਹਨਾਂ ਦੇ ਮਾਪੇ ਕਰਨਗੇ। ਮਾਪਿਆਂ ਦੀ ਸਹਿਮਤੀ ਤੋਂ ਬਾਅਦ ਹੀ ਵਿਦਿਆਰਥੀ ਸਕੂਲ ਜਾ ਸਕਣਗੇ। ਇਸ ਦੇ ਨਾਲ ਹੀ ਆਨਲਾਈਨ ਸਿੱਖਿਆ ਦੀ ਸਹੂਲਤ ਵੀ ਜਾਰੀ ਰਹੇਗੀ। ਅਤੇ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ 13 ਜੁਲਾਈ ਨੂੰ ਪ੍ਰਸ਼ਾਸਨ ਨੇ 10ਵੀਂ ਤੋਂ ਲੈ ਕੇ 12ਵੀਂ ਦੀਆਂ ਜਮਾਤਾਂ ਲਈ 19 ਜੁਲਾਈ ਤੋਂ ਦੁਬਾਰਾ ਖੋਲ੍ਹਣ ਅਤੇ 50% ਸਮਰੱਥਾ ਦੇ ਨਾਲ ਸਿਨੇਮਾ ਹਾਲ ਅਤੇ ਸਪਾ ਖੋਲ੍ਹਣ ਦੇ ਆਦੇਸ਼ ਵੀ ਦਿੱਤੇ ਸਨ। ਅਗਲੀ ਖਬਰ, ਸਪਲੈਂਡਰ ਮੋਟਰਸਾਈਕਲ 'ਤੇ 48 ਹਾਰਨ ਲਗਵਾ ਕੇ ਘੁੰਮਦਾ ਨੌਜਵਾਨ ਆਇਆ ਪੁਲਿਸ ਦੇ ਅੜਿੱਕੇ। ਤਾਂ ਦੋਸਤੋ ਪੰਜਾਬ ਦਾ ਦੁਆਬਾ ਏਰੀਆ ਜਿਸ ਦੇ ਵਿੱਚ 85% ਲੋਕ ਵਿਦੇਸ਼ਾਂ ਵਿੱਚ ਸੈਟਲ ਨੇ, ਜਿਸ ਕਰਕੇ ਇਹਨਾਂ ਪ੍ਰਵਾਸੀਆਂ ਦੇ ਸ਼ੌਂਕ ਵੀ ਬੜੇ ਵੱਲੇ ਨੇ। ਲੇਕਿਨ ਕੁਝ ਨੌਜਵਾਨ ਆਪਣੇ ਸੋਸ਼ਲ ਮੀਡੀਆ ਅਤੇ ਇੰਸਟਾਗ੍ਰਾਮ ਉੱਤੇ ਆਪਣੇ ਲਾਈਕ ਵਧਾਉਣ ਦੇ ਲਈ ਨਵੇਂ ਤੋਂ ਨਵੇਂ ਸ਼ੌਂਕ ਪਾਲਦੇ ਨੇ। ਅਜਿਹਾ ਇੱਕ ਮਾਮਲਾ ਨਵਾਂ ਸ਼ਹਿਰ ਦੇ ਥਾਣਾ ਸਦਰ ਬੰਗਾ ਵਿੱਚ ਵੇਖਣ ਨੂੰ ਮਿਲਿਆ, ਜਿਸ ਤੋਂ ਬਾਅਦ ਸਪਲੈਂਡਰ ਮੋਟਰਸਾਈਕਲ 'ਤੇ 48 ਹਾਰਨ ਲਗਵਾ ਕੇ ਘੁੰਮਦਾ ਇੱਕ ਨੌਜਵਾਨ ਪੁਲਿਸ ਦੇ ਅੜਿੱਕੇ ਚੜ੍ਹ ਚੁੱਕਿਆ। ਅਗਲੀ ਖਬਰ ਹੈ, UP ਸਰਕਾਰ ਦੀ ਜਾਗ ਖੁੱਲ੍ਹੀ। ਗੰਨਾ ਕਿਸਾਨਾਂ ਨੂੰ ਅਦਾਇਗੀ ਨਾ ਕਰਨ ਵਾਲੀਆਂ 5 ਮਿੱਲਾਂ ਦੇ ਖਿਲਾਫ RC ਜਾਰੀ। ਤਾਂ ਦੋਸਤੋ ਕਿਸਾਨਾਂ ਨੂੰ ਗੰਨੇ ਦੀ ਅਦਾਇਗੀ ਕਰਨ ਵਿੱਚ ਲਾਪਰਵਾਹੀ ਵਰਤ ਰਹੀਆਂ ਮਿੱਲਾਂ ਦੇ ਖਿਲਾਫ ਸਰਕਾਰ ਨੇ ਸਖ਼ਤੀ ਸ਼ੁਰੂ ਕਰ ਦਿੱਤੀ ਹੈ। ਸੁਪਰੀਮ ਕੋਰਟ ਵੱਲੋਂ ਸੂਬਾ ਸਰਕਾਰਾਂ ਨੂੰ ਨੋਟਿਸ ਜਾਰੀ ਕਰਨ ਤੋਂ ਬਾਅਦ ਉੱਤਰ ਪ੍ਰਦੇਸ਼ ਸਰਕਾਰ ਦੀ ਜਾਗ ਖੁੱਲ੍ਹ ਗਈ ਹੈ।
ਗੰਨਾ ਕਮਿਸ਼ਨਰ ਨੇ 5 ਵੱਡੀਆਂ ਖੰਡ ਮਿੱਲਾਂ ਦੇ ਵਿਰੁੱਧ ਰਿਕਵਰੀ ਸਰਟੀਫਿਕੇਟ ਜਾਰੀ ਕੀਤਾ। ਹੁਣ ਇਸ ਰਿਕਵਰੀ ਦੇ ਪੈਸੇ ਨਾਲ ਗੰਨਾ ਕਿਸਾਨਾਂ ਨੂੰ ਭੁਗਤਾਨ ਕੀਤਾ ਜਾਵੇਗਾ। ਕਿਸਾਨਾਂ ਨੇ ਸਰਕਾਰ ਦੀ ਇਸ ਕਾਰਵਾਈ 'ਤੇ ਖੁਸ਼ੀ ਜ਼ਾਹਰ ਕੀਤੀ ਹੈ। ਅਤੇ ਦੋਸਤੋ, ਇਹ ਸੀ ਅੱਜ ਸਵੇਰ ਦੀਆਂ ਤਾਜ਼ਾ ਅਤੇ ਮੁੱਖ ਵੱਡੀਆਂ ਖਬਰਾਂ। ਤੁਸੀਂ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਨਾਲ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਅਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਬਣੇ ਬੈਲ ਨੂੰ ਵੀ ਦਬਾ ਦਿਓ, ਜਿਸ ਨਾਲ ਤੁਹਾਨੂੰ ਇਸੇ ਤਰ੍ਹਾਂ ਦੀਆਂ ਆਉਣ ਵਾਲੀਆਂ ਨਵੀਆਂ ਅਤੇ ਤਾਜ਼ਾ ਖਬਰਾਂ ਦਾ ਸਭ ਤੋਂ ਪਹਿਲਾਂ ਪਤਾ ਲੱਗਦਾ ਰਹੂਗਾ। ਇਸ ਵੀਡੀਓ ਦੇ ਵਿੱਚ ਇੰਨਾ ਹੀ। ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਦੇ ਵਿੱਚ। ਤਦ ਤੱਕ ਲਈ ਧੰਨਵਾਦ।